ਅੱਜ ਆਪਣਾ ਟੌਪਿਕ ਹੈਗਾ ਆਈਫੋਨ 5S ਦਾ ਗਲਾਸ ਚੇਂਜ ਕਿੱਦਾਂ ਕਰਨਾ ਹੈਗਾ ਅਤੇ ਇਹਦੇ 'ਚ ਕਿਹੜੇ ਕਿਹੜੇ ਟੂਲ ਕਿਹੜੇ ਕਿਹੜੇ ਡਿਵਾਈਸ ਯੂਜ਼ ਹੋਣੇ ਆ। ਅਤੇ ਸਭ ਤੋਂ ਪਹਿਲਾਂ ਹੈਗੀ ਆਪਣੀ ਵੈਕਿਊਮ ਸੈਪਰੇਟਰ ਮਸ਼ੀਨ ਜਿਹੜੀ ਆਪਣੇ ਗਲਾਸ ਚੇਂਜ ਕਰ ਉਤਾਰਨ ਲਈ ਯੂਜ਼ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਆਪਾਂ ਨੂੰ ਲੋੜ ਪੈਣੀ ਕਟਰ ਦੀ, ਉਸ ਤੋਂ ਬਾਅਦ ਇੱਕ ਲੋੜ ਪੈਣੀ ਆਪਾਂ ਨੂੰ ਵਾਈਪਸ ਕਲੀਨਿੰਗ ਵਾਸਤੇ, ਅਤੇ ਨੈਕਸਟ ਹੈਗਾ ਤੁਹਾਡਾ ਬ੍ਰੱਸ਼, ਇਹ ਵੀ ਜਿਹੜਾ ਕਲੀਨਿੰਗ ਪਰਪਸ ਲਈ ਯੂਜ਼ ਹੁੰਦਾ। ਅਤੇ ਉਸ ਤੋਂ ਬਾਅਦ ਤੁਹਾਨੂੰ ਲੋੜ ਪੈਣੀ ਹੈ ਵਾਈਟ ਪੈਟਰੋਲ ਦੀ। ਵਾਈਟ ਪੈਟਰੋਲ ਤੋਂ ਬਾਅਦ ਤੁਹਾਨੂੰ ਚਾਹੀਦਾ ਹੈਗਾ ਜੀ ਆਪਣਾ ਇੱਕ ਗਲਾਸ ਜਿਹੜਾ ਆਪਾਂ ਲਗਾਉਣਾ, ਨਵਾਂ ਗਲਾਸ ਚਾਹੀਦਾ ਆਪਾਂ ਨੂੰ ਜਿਹੜਾ ਆਪਾਂ ਉਤਾਰ ਕੇ ਉਹਦੇ ਬਦਲੇ। ਅਤੇ ਇਹ ਗਲਾਸ ਚੇਂਜ ਵਾਲੀ ਮਸ਼ੀਨ ਹੈ ਅਤੇ ਵਿਦ ਬਬਲਰ ਹੋਣੀ ਚਾਹੀਦੀ ਹੈ, ਇਹਦੇ ਨਾਲ ਬਬਲਰ ਵੀ ਹੁੰਦਾ, ਇਹ ਜਿਹੜਾ ਤੁਹਾਡਾ ਬਬਲਰ ਹੈ। ਹੁਣ ਆਪਾਂ ਸ਼ੁਰੂ ਕਰਦੇ ਹਾਂ ਵੀਡੀਓ ਨੂੰ। ਅਤੇ ਸਭ ਤੋਂ ਪਹਿਲਾਂ ਆਪਾਂ ਇਹਦਾ ਫਰੇਮ ਉਤਾਰਨਾ ਕਟਰ ਦੇ ਥਰੂ, ਅਤੇ ਵੈਕਿਊਮ ਤੁਹਾਡਾ ਔਨ ਕਰਕੇ 80 ਸੈਲਸੀਅਸ ਦੀ ਉਹਦੀ ਟੈਂਪਰੇਚਰ ਹੋਣਾ ਚਾਹੀਦਾ। ਅਤੇ ਹੁਣ ਆ ਫਰੇਮ ਆਪਾਂ ਉਤਾਰਤਾ ਇਹਦੇ ਤੋਂ, ਫਰੇਮ ਉਤਾਰਨ ਤੋਂ ਬਾਅਦ ਆਪਾਂ ਜਿਹੜਾ ਬ੍ਰੇਕਿੰਗ ਗਲਾਸ ਆ ਉਹਨੂੰ ਆਪਾਂ ਇਹਦੇ ਤੋਂ ਅਲੱਗ ਕਰਨਾ। ਇਸ ਮਸ਼ੀਨ ਦਾ ਪਰਪਸ ਇਹੀ ਹੈ, ਵੈਕਿਊਮ ਸੈਪਰੇਟਰ ਮਸ਼ੀਨ ਇਹ ਡਿਸਪਲੇ ਤੋਂ ਤੁਹਾਡੇ ਗਲਾਸ ਨੂੰ ਉਤਾਰਦੀ ਹੈ। ਅਤੇ ਤੁਹਾਡੀ ਡਿਸਪਲੇ ਦੀਆਂ 3 ਲੇਅਰ ਹੁੰਦੀਆਂ, ਗਲਾਸ, ਟੱਚ ਅਤੇ ਡਿਸਪਲੇ। ਹੁਣ ਆਪਾਂ ਇਹ ਗਲਾਸ ਉਤਾਰ ਰਹੇ ਹਾਂ ਅਤੇ ਇਹ ਜਿਹੜਾ ਧਾਗਾ ਹੈਗਾ ਧਾਗੇ ਦੇ ਥਰੂ ਆਪਾਂ ਡਿਸਪਲੇ ਤੋਂ ਅਲੱਗ ਕਰ ਲੈਣਾ ਗਲਾਸ ਨੂੰ ਟੁੱਟੇ ਹੋਏ ਨੂੰ। ਅਤੇ ਇਹ ਬਹੁਤ ਧਿਆਨ ਨਾਲ ਲਗਾਉਣਾ ਪੈਂਦਾ ਜਿਹਦੇ ਨਾਲ ਫਿਲਮ ਵਗੈਰਾ ਵੀ ਨਾ ਕੱਟ ਜਾਵੇ ਅਤੇ ਪੱਤਾ ਪੁੱਤਾ ਵੀ ਤੁਹਾਡਾ ਕੋਈ ਬ੍ਰੇਕ ਨਾ ਹੋ ਜਾਵੇ। ਇਹ ਐਡਜਸਟਮੈਂਟ ਕਰ ਰਹੇ ਹਾਂ ਜੀ ਕਿ ਵੀ ਇਹ ਗਲਾਸ ਵਿੱਚ ਹੀ ਜਾਵੇ ਸਿੱਧਾ, ਨਾ ਕਿ ਕੋਈ ਟੱਚ ਵਿੱਚ ਫਸੇ ਅਤੇ ਨਾ ਤੁਹਾਡੀ ਫਿਲਮ ਨੂੰ ਉਤਾਰੇ। ਆਪਾਂ ਦੂਸਰੀ ਸਾਈਡ ਤੋਂ ਟਰਾਈ ਕਰਾਂਗੇ ਕਿਉਂਕਿ ਉੱਧਰ ਪੱਤੇ ਸੀਗੇ ਉਹਦੇ ਕਾਰਨ ਰਿਸਕ ਹੈ ਥੋੜ੍ਹਾ। ਸਮੂਥਲੀ ਇਹਨੂੰ ਰਿਵਰਸ ਲੈ ਕੇ ਆਉਣਾ, ਤੁਸੀਂ ਸਮੂਥਲੀ ਸਮੂਥਲੀ ਰਿਵਰਸ ਲੈ ਕੇ ਆਉਣਾ ਪਿੱਛੇ ਨੂੰ, ਯਾਨੀ ਕਿ ਆਪਣੇ ਤਰਫ ਇੱਕ ਵਾਰੀ ਫੇਰ ਇਹਦੇ ਨਾਲ ਧਾਗਾ ਫੇਰ ਦੁਬਾਰਾ ਰਿਵਰਸ ਆਊਗਾ। ਬਸ ਇਸ ਤੋਂ ਬਾਅਦ ਆਪਾਂ ਡਿਸਪਲੇ ਇਹਦੇ ਤੋਂ ਅਲੱਗ ਕਰ ਲੈਣੀ ਹੈ। ਹੁਣ ਇਹ ਡਿਸਪਲੇ ਆਪਣੀ ਅਲੱਗ ਹੋ ਚੁੱਕੀ ਹੈ ਅਤੇ ਜਿਹੜਾ ਟੁੱਟਾ ਹੋਇਆ ਗਲਾਸ ਸਾਡਾ ਉਹ ਹੋ ਗਿਆ। ਹੁਣ ਆਪਾਂ ਡਿਸਪਲੇ ਕਲੀਨ ਕਰਨੀ ਹੈ ਅਤੇ ਇਹਦੇ ਲਈ ਆਪਾਂ ਯੂਜ਼ ਕਰ ਰਹੇ ਹਾਂ ਵਾਈਪਸ। ਡਿਸਪਲੇ ਨੂੰ ਨੀਚੇ ਰੱਖਿਆ ਹੈ, 2 ਵਾਈਪਸ ਉਹਦੇ ਉੱਤੇ ਰੱਖਤੇ ਹੈ ਅਤੇ ਉਸ ਤੋਂ ਬਾਅਦ ਜਿਹੜਾ ਇਹ ਸਲੂਸ਼ਨ ਹੈ ਵਾਈਟ ਪੈਟਰੋਲ ਜਿਹਦੇ ਨਾਲ ਆਪਾਂ ਸਾਫ਼ ਕਰਨਾ ਇਹਨੂੰ। ਅਤੇ ਇਹ ਜਿਹੜੀ ਗਮ ਲੱਗੀ ਹੋਈ ਹੈ ਇਹ ਗਲਾਸ ਦੀ ਗਮ ਹੁੰਦੀ ਹੈ ਤੁਹਾਡੀ ਅਤੇ ਬਹੁਤ ਜ਼ਿਆਦਾ ਚਿਪਕੀ ਹੁੰਦੀ ਹੈ ਇਹਦੇ ਵਿੱਚ ਅਤੇ ਇਹਨੂੰ ਬਹੁਤ ਧੀਰੇ ਧੀਰੇ ਆਪਾਂ ਉਤਾਰਨਾ ਹੈ। ਬਹੁਤ ਸਖ਼ਤ ਗਮ ਹੈ ਪਰ ਇਹਦੇ 'ਚ ਬਹੁਤ ਬਹੁਤ ਜ਼ਿਆਦਾ ਕੇਅਰਫੁਲੀ ਕਰਨਾ ਪੈਣਾ ਆਪਾਂ ਨੂੰ। ਜੇ ਆਪਾਂ ਮਾੜਾ ਮੋਟਾ ਵੀ ਇੱਥੇ ਜ਼ੋਰ ਦਿਖਾਇਆ ਤਾਂ ਜਦੇ ਹੀ ਤੁਹਾਡੀ ਡਿਸਪਲੇ ਬ੍ਰੇਕ, ਤੁਸੀਂ ਦੇਖ ਰਹੇ ਹੋ ਨਾ ਕਿੰਨੇ ਪਿਆਰ ਨਾਲ ਬਿਲਕੁਲ ਧੀਰੇ 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 ਇਹਨੂੰ ਸਾਫ਼ ਕਰਨਾ। ਇਹ ਟਾਈਮ ਜ਼ਰੂਰ ਲਊਗੀ ਤੁਹਾਡਾ ਥੋੜ੍ਹਾ ਪਰ ਕੋਈ ਚੱਕਰ ਨਹੀਂ ਹੈ, ਟਾਈਮ ਦਾ ਕੋਈ ਰੋਲਾ ਨਹੀਂ ਹੈ। ਜੇ ਤੁਸੀਂ ਟਾਈਮ ਬਚਾਓਗੇ ਤਾਂ ਨੁਕਸਾਨ ਹੋ ਜੂਗਾ। ਜਿਹੜੇ ਉਹ 2 ਪੱਤੇ ਤੁਹਾਨੂੰ ਦੇਖ ਰਹੇ ਹੋ ਉੱਥੇ ਵੀ ਤੁਹਾਨੂੰ ਬਹੁਤ ਧਿਆਨ ਨਾਲ ਰੱਖਣਾ ਪੈਣਾ ਹੱਥ ਹੁੱਥ, ਜੇ ਉਹ ਕਿੱਥੋਂ ਫੋਲਡ ਫੋਲਡ ਹੋ ਗਏ ਦੱਬ ਗਏ ਤਾਂ ਉਹ ਵੀ ਉੱਥੋਂ ਦੀ ਕਰੈਕ ਹੋ ਸਕਦੇ ਤੁਹਾਡੇ। ਪੇਸ਼ੈਂਸ ਦੀ ਬਹੁਤ ਜ਼ਿਆਦਾ ਲੋੜ ਹੈ ਇਹਦੇ 'ਚ ਕਿਉਂਕਿ ਜੇ ਆਪਾਂ ਜਿੱਥੇ ਵੀ ਜਲਦਬਾਜ਼ੀ ਕਰੀ ਤਾਂ ਉੱਥੇ ਨੁਕਸਾਨ ਹੋ ਜਾਣਾ ਤੁਹਾਡਾ। ਇਹ ਮਤਲਬ ਥੋੜ੍ਹਾ ਜਿਹਾ ਦਬਾਅ ਪੈਂਦਾ ਨਾ ਜਦੇ ਹੀ ਡਿਸਪਲੇ ਤੁਹਾਡੀ ਬ੍ਰੇਕ ਹੋ ਜਾਂਦੀ ਹੈ, ਸੋ ਕੇਅਰਫੁਲੀ।
ਆ ਦੇਖੋ ਹੁਣ ਤੁਸੀਂ ਕਾਫੀ ਹੱਦ ਤੱਕ ਸਾਫ ਹੋ ਚੁੱਕੀ ਹੈ ਬਸ ਇਹਦੀ ਸਾਈਡਾਂ ਵਗੈਰਾ ਰਹਿ ਗਈ ਹੈ ਅਤੇ ਸਾਈਡਾਂ ਵੀ ਬਿਲਕੁਲ ਧਿਆਨ ਨਾਲ ਕਰਨੀ ਹੈ ਕਿੱਥੋਂ ਵੀ ਡਿਸਪਲੇ ਬ੍ਰੇਕ ਨਾ ਹੋ ਜਾਵੇ ਆਪਣੇ ਤੋਂ ਬਸ ਬਹੁਤ ਧੀਰੇ ਧੀਰੇ % क्लीन है ये हूँ। आप डिस्प्ले एक बार लगा के देख लेना जस्ट कि डिस्प्ले कितों ब्रेक तो नहीं हुई है अपने को ग्लास उतारन लगे या जो आप क्लीनिंग की है उदो कितों दबा दबू तो नहीं पै गया इसलिए आप एक ट्रायल लै रहे हैं पहला बिना ग्लास लगाए है थोड़ी डिस्प्ले तो इनू आप हम टच भी चैक कर लेंगे भी टच ये प्रॉपर वर्क कर रही है कि नहीं बिल्कुल ओके टच है जी ये देखो थोड़े सामने आप डिस्प्ले नू फर्मे विच फिट कर लिया तो आ जिहड़ा तुसी देख रहे हो ग्लास न्यू वन नवा ग्लास आप लगाता ये उत्ते ये बहुत प्रॉपर नहीं रखना है माड़ा मोटा भी इधर उधर नहीं होना चाहिए नहीं तो ताड़ी डिस्प्ले फिर ब्रेक हो सकती है ये रेडी है हुण ताड़ी डिस्प्ले इनू आपां मशीन दे विच रख देना ये है तुहाड़ी ग्लास चेंज वाली जिहड़ी मशीन ये मैनुअली सैटअप है तो हुण आपां स्टार्ट करके हूँ ये की होगा उपरों की प्रैशर आऊगा तो ताड़े ग्लास में डिस्प्ले नाल पेस्ट कर देगा एक कुछ सैकेंड का प्रोसैस है बस डाउन आ गया हूँ ताड़ी डिस्प्ले रेडी है तो इन बबलर च रखना आप जो कोई माड़ा मोटा बबल आया तो वो ये क्लीयर हो जूगा ताड़ा इस तो बाद ये बिल्कुल लास्ट प्रोसैस है बस इस तो बाद तुहाड़ी डिस्प्ले बिल्कुल तैयार है फिट करो पहला चैक करनी है चैक करने तो बाद फिट करके फिर आप चला सकते हैं हूँ आप चैक कर रहे हैं देख लो बिल्कुल वर्क कर रही है प्रॉपरली टच दी चला के सारा देख सकते हो ये नवा ग्लास लग चुका है जी डिस्प्ले नू इस तो बाद आप फिट कर देंगे बस सेट जे तुहानू वीडियो वधिया लगी है तो जरूर शेयर करियो जी थैंक यू सो मच